ਕਪੂਰਥਲਾ ਦੇ ਸੁਲਤਾਨਪੁਰ ਲੋਧੀ ਦੇ ਪਿੰਡ ਸਾਬੂਵਾਲ ਨੇੜੇ ਇੱਕ ਵਿਅਕਤੀ ਦੀ ਹੱਤਿਆ ਕਰਕੇ ਮੱਕੀ ਦੀ ਫਸਲ ਵਿੱਚ ਉਸ ਦੀ ਲਾਸ਼ ਸੁੱਟ ਦਿੱਤੀ ਗਈ ਸੀ। ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਤਾਂ ਮਾਮਲਾ ਮ੍ਰਿਤਕ ਦੀ ਪਤਨੀ ਦੁਆਰਾ ਅਵੈਧ ਸੰਬੰਧਾਂ ਦੇ ਚੱਲਦਿਆਂ ਪਤੀ ਦੀ ਹੱਤਿਆ ਦਾ ਨਿਕਲਿਆ। ਫਿਲਹਾਲ ਪੁਲਿਸ ਨੇ ਮ੍ਰਿਤਕ ਦੀ ਪਤਨੀ ਅਤੇ ਉਸਦੇ ਪ੍ਰੇਮੀ ਅਤੇ ਉਸਦੇ ਇੱਕ ਹੋਰ ਸਾਥੀ ਨੂੰ ਹੱਤਿਆ ਦੇ ਆਰੋਪ ਵਿੱਚ ਗ੍ਰਿਫਤਾਰ ਕਰ ਲਿਆ। ਸਾਨੂੰ ਕੱਲ੍ਹ ਸਵੇਰੇ ਇੱਕ ਫੋਨ ਆਇਆ ਜੀ ਕਿ ਛਿੰਦਰ ਸਿੰਘ ਸੀਗੇ ਕੋਲੀਆਂਵਾਲ ਪਿੰਡ ਦੇ, ਉਹਨਾਂ ਦੀ ਜ਼ਮੀਨ ਦੇ ਵਿੱਚ ਇੱਕ ਅੱਧਜਲੀ ਲਾਸ਼ ਪਈ ਹੋਈ ਸੀ ਜਿਸ ਦੀ ਕੋਈ ਸ਼ਨਾਖਤ ਨਹੀਂ ਹੋਈ ਸੀ। ਤਾਂ ਅਸੀਂ ਉੱਥੇ ਜਾ ਕੇ ਜਦੋਂ ਚੈੱਕ ਕੀਤਾ ਤਾਂ ਉਹਦੇ ਸਿਰ ਦੇ ਵਿੱਚ ਕਾਫੀ ਸਿੱਟਾਂ ਸੀਗੀਆਂ, ਕਾਫੀ ਬਲੀਡਿੰਗ ਹੋਈ ਹੋਈ ਸੀ ਔਰ ਉਹਨੂੰ ਜਲਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਬਾਡੀ ਨੂੰ, ਜਿਸ ਤੋਂ ਲੱਗਦਾ ਸੀ ਕਿ ਉਹਦਾ ਕਤਲ ਕੀਤਾ ਗਿਆ ਹੈ ਔਰ ਬਹੁਤ ਜ਼ਿਆਦਾ ਸਮਾਂ ਨਹੀਂ ਬੀਤਿਆ। ਡੈੱਡ ਬਾਡੀ ਦੇ ਸਰਾਊਂਡਿੰਗ ਕਲਿਊਜ਼ ਇਕੱਠੇ ਕਰਦੇ ਕਰਦੇ ਅਸੀਂ 1.5 ਕਿਲੋਮੀਟਰ ਦੂਰ ਜਿਹੜਾ ਐਕਿਊਜ਼ ਦਾ ਉਹਦੇ ਘਰ ਤੱਕ ਪਹੁੰਚ ਗਏ ਔਰ ਬਲੱਡ ਸਟੇਨਸ ਸਾਨੂੰ ਔਨ ਟਰੈਕ ਵੀ ਸੀਗੇ, ਉਹਦੇ ਘਰ ਦੇ ਵਿੱਚ ਵੀ ਮਿਲੇ। ਅਸੀਂ ਉਹਦੇ ਜ਼ਰੀਏ ਉਹਦੇ ਤੱਕ ਥੋੜ੍ਹੇ ਸਮੇਂ ਦੇ ਵਿੱਚ ਹੀ ਪਹੁੰਚ ਕੇ, ਅਤੇ 7-8 ਕਨਾਲ ਜ਼ਮੀਨ ਹੈਗੀ ਹੈ ਜੀ ਜਿਹਨੂੰ ਇਹ ਵੇਚ ਕੇ ਟਰੱਕ ਖਰੀਦ ਕੇ ਨਾਗਾਲੈਂਡ ਜਾ ਕੇ ਬਿਜ਼ਨਸ ਕਰਨਾ ਚਾਹੁੰਦਾ ਸੀ, ਜਿਹੜੀ ਉਹਦੀ ਵਾਈਫ ਸ਼ਾਇਦ ਨਹੀਂ ਚਾਹੁੰਦੀ।